according to the instructions of the Amritsar Police Commissioner. A police car was searched during the blockade by the Islamabad police station to catch the anti-drug people under the anti-narcotics drive. Has gone in the police inquiries. He told that his name is Arjun Yadav. He is a resident of UP. He is the gang of three men headed by Lalit Kumar and Sagar, who supplied liquor from Lalit Kumar at a cheaper rate. Amritsar used to be sold from outside state, and the police officer told that a case is being registered against them in the past. ਕੱਲ 15/8/19 ਨੂੰ ASI ਸਰਵਨ ਸਿੰਘ ਥਾਣਾ ਇਸਲਾਮਾਬਾਦ ਨੂੰ ਮੁਕਰੀ ਹੋਈ ਸੀ ਕਿ ਲਲਿਤ ਕੁਮਾਰ ਵਾਸੀ ਛਾਟਾ, ਸਾਗਰ ਵਾਸੀ ਭੱਲੇਵਾਲਾ ਖੂਹ ਅਤੇ ਅਰਜਨ ਯਾਦਵ ਬਲਾਵਰੀ ਸਟਰੀਟ, ਜਿਨ੍ਹਾਂ ਨੇ ਕਿ ਇੱਕ ਗੈਂਗ ਬਣਾਇਆ ਹੈ ਅਤੇ ਜਿਹੜੀ ਬਾਹਰ ਦੀਆਂ ਸਟੇਟਾਂ ਦੇ ਵਿੱਚੋਂ ਸ਼ਰਾਬ ਲਿਆ ਕੇ ਜਿਹਦੀ ਪੰਜਾਬ ਦੇ ਵਿੱਚ ਪਾਬੰਦੀ ਹੈ, ਬਾਹਰ ਦੀ ਸਟੇਟ 'ਚੋਂ ਸਸਤੇ ਭਾਅ 'ਚ ਲਿਆ ਕੇ ਇੱਥੇ ਵੇਚਦੇ ਨੇ। ਇਹਨਾਂ ਦੇ ਵਿੱਚੋਂ ਇੱਕ ਅਰਜੁਨ ਯਾਦਵ, ਜਿਹਨੂੰ CLH ਸਕੂਲ ਨੇੜੇ ਨੂਰੇਸ਼ਾ ਸਮਾਤ ਕਬਰਾਂ ਦੇ ਲਾਗੋਂ, ਇਹਨੂੰ 7 ਪੇਟੀਆਂ ਸ਼ਰਾਬ ਜਿਹੜੀਆਂ ਨੇ ਅਰੁਣਾਚਲ ਪ੍ਰਦੇਸ਼ ਦੀਆਂ ਰੌਕ ਸਟਾਰ ਸਮੇਤ ਕਾਬੂ ਕੀਤਾ ਅਤੇ ਮੁਕੱਦਮਾ ਨੰਬਰ 208/19 ਦਰਜ ਕਰਕੇ ਇਸ ਨੂੰ ਮੁਕੱਦਮਾ ਦੇ ਵਿੱਚ ਗ੍ਰਿਫਤਾਰ ਕੀਤਾ। ਅਤੇ ਜਿਹੜੇ ਇਹਦੇ ਨਾਲ ਦੇ ਨੇ ਸਾਗਰ ਅਤੇ ਲਲਿਤ, ਉਹ ਵੀ ਪਹਿਲਾਂ ਵੀ ਉਹਨਾਂ ਦੇ ਮੁਕੱਦਮੇ ਦਰਜ ਨੇ ਅਤੇ ਉਹਨਾਂ ਦੀ ਜਿਹੜੀ ਭਾਲ ਕੀਤੀ ਜਾ ਰਹੀ। ਇਹ ਬਾਹਰ ਦੀ ਸਟੇਟ 'ਚੋਂ, ਜਿਵੇਂ ਅਰੁਣਾਚਲ ਪ੍ਰਦੇਸ਼ ਦੀ ਹੈ, ਇਹ ਉੱਥੋਂ ਲੈ ਆਉਣ ਰਹੇ ਨੇ। ਜਿਹੜਾ ਇਹਨਾਂ ਦਾ ਮੁਖੀ ਹੈ ਉਹ ਲਲਿਤ ਕੁਮਾਰ ਆ, ਉਹ ਜਦੋਂ ਕਾਬੂ ਆਏਗਾ ਤਾਂ ਉਹਨੂੰ ਪੁੱਛਗਿੱਛ ਕਰਾਂਗੇ, ਕਿਉਂਕਿ ਉਹ ਹੀ ਲਿਆਉਂਦਾ, ਇਹ ਇੱਥੇ ਡੰਪ ਕਰਦਾ, ਲਿਆ ਕੇ ਰੱਖਦਾ ਅਤੇ ਅੱਗੇ ਸਪਲਾਈ ਕਰਦਾ।